ਲੈ ਅੱਜ ਭੈਣ ਮਹਾ ਕਦੇ ਮੇਕਅਪ ਆਰਟਿਸਟ ਬਣੀ ਆ। ਪੁੱਤ ਮੰਮਾ ਅੱਜ ਪਛਾਣੀ ਨੀ ਓ ਜਾਣੀ ਆਹੋ ਲਾਈਟ ਕਰਨਾ ਪਛਾਣੇ ਜਾਣੇ ਆ। ਅੱਛਾ ਵੈਸੇ ਮੈਨੂੰ ਕੈਮਰੇ ਚ ਵੀ ਬਹੁਤ ਸੋਹਣਾ ਲੱਗਣ ਡਿਆ ਹੋਇਆ। ਕੋਈ ਛਾਈ ਨੀ ਦਿਖਣ ਦੀ ਹਲੇ ਬਾਹਰ ਬਲੌਗ ਤੇ ਪਾਇਆ ਨੀ, ਤੈਨੂੰ ਆਰਡਰ ਕਿੱਥੋਂ ਆ ਗਿਆ? ਮੇਰਾ ਵੀ ਕਰਨਾ ਵਾ। ਮਾਂ ਸਦਕੇ ਜਾਵਾਂ ਨੀ, ਪਿਓ ਵਾਰੀ ਜਾਏ ਨੀ, ਕਿਤੇ ਮੇਰੀਆਂ ਧੀਆਂ ਨੂੰ ਕਿਤੇ ਜੱਜਰਾਂ ਹੀ ਨਾ ਗੱਗ ਜਾਣ, ਜੱਜਰਾਂ ਕਿਤੇ ਜੱਜਰਾਂ ਹੀ ਲੱਗ ਜਾਣ। ਬਹੁਤ ਸੋਹਣਾ, ਤੂੰ ਖਲੋ ਹਨੀ, ਚੁੰਨੀਆਂ ਵੀ ਹੋਰ ਲਈਆਂ, ਲੇਟ ਹੋ ਗਏ ਕੀ? ਕੋਈ ਨੀ, ਧਾਰਾ ਕੱਢ ਕੇ ਫਿਰ ਨਹਾਉਂਦੇ ਆ ਸਾਰਾ ਕੋਈ ਕੰਮ ਸਮੇਟ ਸਮੇਟ ਕੇ। ਤੇ ਭਾਬੀ ਜੀ ਜਦੋਂ ਕਿਤੇ ਜਦੋਂ ਆਪਾਂ ਏਦਾਂ ਵਿਆਹ ਸ਼ਾਦੀ ਜਾਣਾ ਫਿਰ ਬੱਤੀ ਬੰਦ ਹੁੰਦੀ ਹੁੰਦੀ ਆ। ਤੁਹਾਡੀ ਕੁੜੀ ਦਾ ਮੈਂ ਵੇਖਾ ਵਾ ਕਿੱਦਾਂ ਆ ਵੱਡੀ ਦਾ, ਮਰਾਦਾ ਵਧੀਆ ਜਗਦਾ ਬਹੁਤ ਜਿਆਦਾ, ਜਿਹੜਾ ਤਾਂ ਨਹੀਂ ਕੀਤਾ ਜਿਆਦਾ। ਸੋਹਣਿਆ ਸਦਕੇ ਜਾਵਾਂ ਨੀ, ਸੋਹਣੇ ਲਾ ਤੂੰ ਕਾਲੇ ਕਾਲੇ ਕੋਟ ਮੇਰੇ ਪੋਤੇ ਨੇ ਹੁਣ ਸ਼ਾਮਾਂ ਜਾਣਾ। ਭਾਬੀ ਜੀ ਜੇ ਕੱਲ ਪਾਉਂਦੇ ਨਾ ਸਾਹਿਬ ਕਰਨ ਵੀ ਦਾ ਕੋਟ ਪੈਂਟ ਕਾਲਾ ਹੋਣਾ ਸੀ। ਕਿੰਨੇ ਗੱਡੀਆਂ ਖੜਨੀਆਂ ਹੁਣ? ਚਲੋ ਚਲੋ ਫਿਰ ਰੱਖੋ ਸਮਾਨ। ਅਟੈਚੀ ਬਹੁਤ ਰੱਖਣ ਵਾਲੇ ਪਏ ਅਜੇ ਰੱਖਣੇ।
ਗੱਡੀਆਂ ਤਿਆਰ ਵਿਆਹ ਚੱਲਿਆ ਹੈ ਸਬਜੀ ਚ ਗੱਡੀਆਂ ਧੋ ਧੋ ਖਾਪ ਕੇ ਤੇ ਆਡੇ ਬੰਡੇ ਆਈ ਆ ਗੱਡੀ ਉਹ ਵੀ ਗੰਦੀ ਚਲੋ ਕੋਈ ਨੀ ਸਾਂਝੇ ਟੱਬਰ ਦੀ ਕਹਿੰਦੇ ਹੁੰਦੇ ਆ ਸਾਂਝੇ ਟੱਬਰ ਦੀ ਕੀ ਹੁੰਦੀ ਆ ਭਾਰੀ ਪਲਟਣਾ ਕੁਛ ਏਦਾਂ ਦਾ ਭਾਰੀ ਜ਼ਿੰਮੇਵਾਰੀ ਉਹ ਤੇ ਮੈਨੂੰ ਪਤਾ ਨੀ ਪਰ ਉਹ ਕਹਿੰਦੇ ਹੁੰਦੇ ਨਾ ਉਹ ਵੱਡੇ ਮੁੰਡੇ ਦੇ ਨਾਲ ਆਹੋ ਧੱਕਾ ਹੁੰਦਾ ਵਾ ਧੱਕਾ ਹੁੰਦਾ ਚਲੋ ਫਿਰ ਕੋਈ ਨੀ ਲਾਈਵ ਹੋ ਗਿਆ ਸਾਡੇ ਨਾਲ ਵੇਖ ਲਾ ਹਾਂ ਬਹਿ ਜਾਓ ਖੋਲੋ ਅੰਦਰੋਂ ਬਾਰੀ ਆ ਗੁਰਮੇਰ 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 ਸੋਹਣਾ ਲੱਗਣ ਡਿਆ ਵਾ ਪਾਪਾ ਨੂੰ ਪੁੱਛੋ ਉਹ ਪਾਪਾ ਮੈਂ ਸੋਹਣਾ ਲੱਗਦਾ ਵਾ ਇਹ ਨਾ ਹੋਵੇ ਕਿ ਮੈਂ ਤੁਹਾਡੇ ਮਗਰ ਹੋਵਾਂ ਤੇ ਮੇਰੇ ਵਾਸਤੇ ਤੁਸੀਂ ਤਿੰਨਾਂ ਨੇ ਨਾ ਕੁਛ ਪਾਇਆ ਹੋਵੇ ਖਾਣ ਨੂੰ ਆ ਗਏ ਜੀ ਕਿੱਦੋਂ ਆਏ ਇੰਨੀ ਲੇਟ ਮੈਨੂੰ ਪਤਾ ਸੀ ਚਲੋ ਜਾਓ ਲਿਆਓ ਚਾਹ ਪਾਣੀ ਮੇਰੇ ਵਾਸਤੇ ਲੈ ਕੇ ਸਹੀ ਗੱਲ ਆ ਇਹ ਸਹੀ ਗੱਲ ਆ ਬਲਜਿੰਦਰ ਅੰਕਲ ਹਰ ਵਾਰੀ ਆਹ ਵਾਲੀਆਂ ਜ਼ਿੰਮੇਵਾਰੀਆਂ ਚ ਫਸ ਜਾਂਦੇ ਆਪੇ ਇਹ ਬੜਾ ਫਿਕਰ ਰੱਖਦੇ ਹਨਾ ਇਹ ਗੱਲੋਂ ਫੁੱਫੜ ਦੀ ਸਿਫਤ ਆ ਮਤਲਬ ਘਰ ਚ ਵੀ ਸਾਰਾ ਇਹਨਾਂ ਨੇ ਆਖਣਾ ਹੁੰਦਾ ਵਾ ਸਿਸਟਮ ਜੋ ਵੀ ਆ ਸਹੀ ਰਵੇ ਤੁਸੀਂ ਸਾਡੀ ਭੂਆ ਨੂੰ ਸਾਡੀ ਦਾਦੀ ਨੂੰ ਘਰ ਛੱਡ ਆਈ ਤੇ ਤੁਹਾਡਾ ਲੜਨਾ ਸੀ ਤਾਂ ਹੀ ਤੁਹਾਨੂੰ ਆਪਣੀ ਗੱਡੀ ਚ ਬਿਠਾਇਆ ਵਾ ਉਹ ਦੋਵੇਂ ਭਾਵੇਂ ਘਰ ਲੜਦੀਆਂ ਹੁਣ ਜਾਂਦਿਆਂ ਨੂੰ ਚਲੋ ਜੀ ਅੱਜ ਅਸੀਂ ਸਾਰੇ ਵਿਆਹ ਦੇ ਵਿੱਚ ਵਲੋਗ ਹੀ ਨੀ ਬਣਾਇਆ ਭੂਆ ਜੀ ਕੋਈ ਕਿਤੇ ਖਿਲਰਿਆ ਕੋਈ ਕਿਤੇ ਨਿਆਣਿਆਂ ਨੇ ਇੰਨੀ ਮੱਤ ਮਾਰੀ ਨਾਲੇ ਸਵੇਰੇ ਵੀ ਮੈਂ ਤੁਹਾਡੀ ਨਾਲ ਨੀ ਨਾ ਜੇ ਮੈਂ ਨਾਲ ਹੁੰਦੀ ਫਿਰ ਬਣ ਜਾਣਾ ਸੀ ਵਲੋਗ ਸਵੇਰੇ ਵੀ ਅਸਲ ਚ ਨਾ ਨਿਆਣੇ ਦੋਵੇਂ ਰੋਈ ਜਾਂਦੇ ਨਾਲੇ ਦੱਸਾਂ ਕੀ ਆ ਵਿਆਹ ਦੇ ਵਿੱਚ ਆਪਣੇ ਸੂਟ ਦੇ ਟੌਪਸਾਂ ਦੀ ਕਹਾਣੀ ਆਪਣੇ ਜਵਾਨੀ ਆਪੇ ਹੀ ਦੱਸ ਦੇ ਦੋਵਾਂ ਜਾਣੀਆਂ ਨੇ ਟੌਪਸ ਤੇ ਸੂਟ ਲੈ ਕੇ ਆਇਆ ਤੇ ਮੈਂ ਇਹਨਾਂ ਨਾਲ ਬੜੀ ਲੜਾਈ ਕੀਤੀ ਕਿ ਤੁਸੀਂ ਦੋਵੇਂ ਚੀਜ਼ਾਂ ਬਿਲਕੁਲ ਨੀ ਸੋਹਣੀਆਂ ਲੈ ਕੇ ਆਈਆਂ ਮੇਰੇ ਲਈ ਤੇ ਮੈਂ ਨੀ ਤਾਂ ਮੈਂ ਮਤਲਬ ਕਿ ਇਹ ਸੂਟ ਪਾਉਣਾ ਨੀ ਹੈਗਾ ਬਈ ਕੋਈ ਗੱਲ ਨੀ ਮੈਂ ਥੋੜਾ ਸਸਤਾ ਜਿਹਾ ਪਾ ਕੇ ਗੁਜ਼ਾਰਾ ਕਰ ਲੂੰਗੀ ਪਰ ਹੁਣ ਕਹਿੰਦੀ ਵਾਪਸ ਕਰਕੇ ਆਓ ਹੁਣ ਵੀ ਨੀ ਗੱਲ ਕਰਦੇ ਕਿ ਮੈਂ ਅੱਜ ਤਾਂ ਨਹੀਂ ਨਹੀਂ ਆਸਾਨੀ ਨਾਲ ਇਹਨੇ ਗੱਲ ਦੱਸਤੀ ਆ ਸਾਡੀ ਤੇ 12 ਵਜੇ ਤੱਕ ਨੀ ਰਾਤ ਦੇ ਖਲਾਸੀ ਹੋਈ ਤੇ ਹੁਣ ਲੜਾਈ ਵੀ ਤੇ ਫਿਰ ਆਪਣਿਆਂ ਨਾਲ ਹੀ ਕਰਨੀ ਆ
ਲੜਾਈ ਆਪਣੇ ਨਾਲ ਕਰਨੀ ਆ। ਹੁਣ ਐਰਕੀ ਅਸੀਂ ਆਪਣੀ ਪਸੰਦ ਦੇ ਸੂਟ ਬਣਾ ਕੇ ਦਿੱਤੇ ਤੇ ਐਰਕੀ ਟੋਰ ਵੀ ਵੇਖ ਲਾ ਕਿੰਨਾ ਨਿਕਲਿਆ। ਤੇ ਮੈਨੂੰ ਸਪੈਸ਼ਲ ਕਿਸੇ ਨੇ ਪਤਾ ਕੀ ਕਮੈਂਟ ਕੀਤਾ, ਸੰਦੀਪ ਦੀਦੀ ਤੁਸੀਂ ਪ੍ਰੀਤੀ ਨੂੰ ਆਪ ਆਪਣੀ ਚੋਇਸ ਦੇ ਸੂਟ ਉਹਨੂੰ ਸਿਲੈਕਟ ਕਰਾ ਦਿਆ ਕਰੋ, ਉਹ ਭੋਲੀ ਆ, ਉਹਨੂੰ ਨੀ ਪਤਾ ਲੱਗਦਾ ਕਿੱਦਾਂ ਦਾ ਰੰਗ ਲੈਣਾ ਕਿੱਦਾਂ ਦਾ ਸੂਟ ਲੈਣਾ। ਪਰ ਜੇ ਅਸੀਂ ਆਪਣੀ ਪਸੰਦ ਦੇ ਲਏ ਤੇ ਸਾਡੀ ਨਾ ਫਿਰ ਉਹ ਪੰਜਾਬੀ ਦੇ ਵਿੱਚ ਆਉਂਦੇ ਨਾ ਜਿਹਨੂੰ ਕੀ ਕਹਿਦਾ ਕੁੱਤੇ ਖਾਣੀ ਬੜੀ ਹੁੰਦੀ ਆ ਫਿਰ, ਵੀ ਇਹ ਤੁਸੀਂ ਕੀ ਲੈ ਕੇ ਆਈ ਆ ਮੇਰੇ ਵਾਸਤੇ, ਆ ਕੀ ਲਿਆਂਦਾ ਜੇ। ਤੁਹਾਨੂੰ ਪਤਾ ਇੱਕ ਚੀਜ਼ ਤੁਸੀਂ ਨੋਟ ਕੀਤੀ, ਜਦੋਂ ਵੀ ਤੁਸੀਂ ਦਵੇਲੀ ਸੂਟ ਲਿਆਉਂਦੇ ਸੀ ਹਰ ਵਾਰ ਲੜਾਈ ਕਰਦੀ ਹੁੰਦੀ ਵਿਦਾਂ ਕਰਦੀ ਹੁੰਦੀ ਸੀ, ਮੈਂ ਨਾ ਇਹਨੂੰ ਸੂਟ ਬਣਾ ਕੇ ਆਪਣੀ ਪਸੰਦ ਦਾ ਦੇਣਾ, ਆ ਕੀ ਚੁੱਕ ਲਈ ਜੇ ਮੇਰੇ ਵਾਸਤੇ ਬਿਲਕੁਲ ਨੀ ਸੋਹਣਾ, ਤੇ ਜਦੋਂ ਫਿਰ ਪਾਉਣਾ ਫਿਰ ਇਹਨੇ ਜਦੋਂ ਸੋਹਣੀ ਲੱਗਣਾ ਨਾ ਫਿਰ ਰੱਖਣਾ ਆਹ ਸੂਟ ਤੇ ਮੇਰਾ ਫੇਵਰੇਟ, ਜਿਹੜਾ ਮੈਂ ਤੁਸੀਂ ਮੇਰੇ ਵਿਆਹ ਤੇ ਮੈਨੂੰ ਬਣਾ ਕੇ ਦਿੱਤਾ ਮੈਂ ਰੂਨ ਉੱਤੇ ਕਢਾਈ ਸੀ, ਉਹ ਵੀ ਸੂਟ ਮੈਨੂੰ ਪਸੰਦ ਨੀ ਸੀ ਆਇਆ ਮਾਸਾ ਜਿੰਨਾ, ਤੇ ਉਹ ਬਾਅਦ ਮੇਰਾ ਫੇਵਰੇਟ ਸੀਗਾ। ਆਹੋ ਏਦਾਂ ਹੀ ਆ ਤੈਨੂੰ ਜਗੀਰਦਾਰ ਸਾਹਿਬ, ਤੁਸੀਂ ਵੀ ਕੋਈ ਬਿਆਨ ਦਿਓ। ਜਗੀਰਦਾਰ ਕੀ ਆਖੇ ਤੈਨੂੰ, ਜਗੀਰਦਾਰ ਕਹਿੰਦਾ ਉੱਥੇ ਦੁਕਾਨ ਤੇ ਬੈਠਾ ਮੈਂ ਤਾਂ ਲੈ ਕੇ ਦੇਣ ਨੂੰ ਤਿਆਰ ਆ ਸੂਟ, ਉਹਨੂੰ ਪੁੱਛ ਲਓ ਜੀ ਉਹਨੂੰ ਪਸੰਦ ਆ, ਨਾ ਪਸੰਦ ਆਊਗਾ ਤੇ ਚੇਂਜ ਕਰਾ ਲਾਂਗੇ। ਹਾਏ ਹਾਏ ਅੱਜ ਭੂਆ ਜੀ ਨੇ ਫੁੱਫੜ ਜੀ ਦੀ ਵੀ ਮੈਚਿੰਗ ਇੱਕ ਗੱਲ ਦੱਸਦੀ ਆ, ਫੋਟੋਗ੍ਰਾਫਰ ਆਉਂਦੇ ਭੂਆ ਜੀ ਨੂੰ ਫੁੱਫੜ ਜੀ ਨੂੰ ਕਿ ਫੋਟੋ ਖਿਚਾਉਣੀ ਆ ਤੇ ਪੋਜ਼ ਮਾਰੋ, ਫੁੱਫੜ ਜੀ ਆਖਣ ਮੈਂ ਨੀ ਇੱਦਾਂ ਫੋਟੋ ਖਿਚਾਉਣੀ ਜਿੱਦਾਂ ਤੁਸੀਂ ਕਹਿਣ ਡੇ, ਮੈਂ ਤਾਂ ਕਿੰਨਾ ਚਿਰ ਰਹਿੰਦੀ ਰਹੀ ਉਹਦੀ ਤੇ ਫੁੱਫੜ ਜੀ ਨੇ ਸਿਰੋਂ ਖਾਣ ਡੇ ਵੀ, ਫਿਰ ਹਾਰ ਕੇ ਉਹਨਾਂ ਨੇ ਕੀ ਕੀਤਾ ਕਿ ਆਪਣੇ ਹਿਸਾਬ ਨਾਲ ਹੀ ਸਾ ਉਹ ਫੁੱਫੜ ਜੀ ਨੇ ਤਾਂ ਭੂਆ ਜੀ ਨੂੰ ਸਾਈਡ ਤੇ ਰੱਖਣਾ, ਹੱਥ ਚ ਫੜ ਕੇ ਵੜ ਗਈ ਉਹ ਆਖਰੀ ਤੇ ਜੰਮੀ ਪਾ ਆਪਣੀ ਘਰ ਵਾਲੀ ਸੀ ਤੁਹਾਡੀ, ਚੰਗੇ ਥੋੜਾ ਲੱਗੀ ਦਾ ਇੱਦਾਂ ਚੰਗੇ ਥੋੜਾ ਲੱਗੀ ਦਾ ਬਣ ਗਿਆ ਫੇਰ ਇਹਨਾਂ ਨੇ ਕਹਿਣਾ ਹਾਏ ਸੋਹਣੀ ਆ ਫੋਟੋ ਹੋਰ ਕਰਾ ਲੈਂਦੇ ਪਰ ਆਪਾਂ ਸੋਰੀ ਕਿਸੇ ਨੂੰ ਕੁਛ ਨੀ ਵਿਖਾਇਆ, ਵਲੋਗ ਨੀ ਬਣਾ ਸਕੇ, ਬਹੁਤ ਸੋਹਣਾ ਮੁੰਡਾ ਵੀ ਸੋਹਣਾ ਮੁੰਡਾ ਨਹੀਂ ਤੇ ਕੁੜੀ ਫੁੱਲ ਚੜੀ ਆ ਮੇਰੀ ਗੱਲ ਟੱਬਰਦਾਰੀ ਤਾਰੀ ਤੁਹਾਡੀ ਸਾਰੇ ਨਾਲੋਂ ਵੱਡੀ ਆ, ਕਹਿੰਦੇ ਸੀ ਛੜੇ ਸਾਨੂੰ ਨੀ ਪਤਾ ਬੜੇ ਚਲਾਕ ਆ, ਉਹਨਾਂ ਨੂੰ ਪਤਾ ਨਿਆਣੇ ਨੇ ਸਟੋਣਾ ਪਰ ਆਰਾਮ ਨਾਲ ਗੱਲਾਂ ਕਰਦੇ ਜਾਂਦੇ ਆ। ਅੱਜ ਪੂਰੀ ਗੱਲ ਬਾਤ ਸੀ ਹੁਣ ਵਿਆਹ ਆ ਗਿਆ, ਵਿਆਹ ਚਲੋ ਚਲੋ ਚਲੋ
ਇਹਦਾ ਕੋਟ ਕਿੱਥੇ ਆ? ਇਹਦਾ ਵੀ ਉਹਦੇ ਵਾਂਗੂ ਉਹਦੇ ਮਾਸੜ ਵਾਂਗੂ ਬਹੁਤ ਮੱਥ ਗਿਆ। ਅੱਛਾ ਇਹਨੂੰ ਕਿੱਥੇ ਬਟਲ? ਉਹਦੀ ਵਾਸਕਟ ਸੀ, ਇਹਦੀ ਵਾਸਕਟ ਸੀ, ਇਹਦੀ ਵਾਸਕਟ ਸੀ। ਹਾਂ ਸਾਹਿਬ ਨੇ ਕੀ ਕੀਤਾ, ਚੀਜ਼ਾਂ ਚੁੱਕ ਚੁੱਕ ਕੇ ਇਹਨਾਂ ਨੇ ਕਿੰਨੀਆਂ ਤਾਂ ਚੁੱਕ ਛੱਡੀਆ, ਕਿਤੇ ਸਾਨੂੰ ਭਜਾ ਭਜਾ ਮਾਰ ਛੱਡਿਆ ਇਹਨਾਂ ਨੇ ਤਿੰਨਾਂ ਨੇ। ਆਹ ਦੇ ਵਿਚਾਰਾ ਚੱਲ ਫੇਰ ਚੁੱਕ ਲਈਦਾ ਤੇ ਦੋ ਟਿਕਦੇ ਹੀ ਨੀ ਹੈਗੇ। ਉਹ ਜਿਹੜੀ ਆ ਨਾ ਉਹਨੇ ਇੰਨਾ ਸਤਾਇਆ ਨਾ, ਪਹਿਲਾਂ ਮੱਥੇ ਦਾ ਹੱਥ ਰੱਖੇ ਤੇ ਹੁਣ ਖਾਪੇ ਨਾ ਲੱਗ ਗਏ, ਹੁਣ ਵੇਖ ਨੀਂਦਾ ਚੜੀਆਂ। ਤੇ ਇਹਨਾਂ ਨੇ ਫੇਰ ਜਦੋਂ ਹੀ ਨੱਚਣਾ ਟੱਪਣਾ ਹੋਵੇ ਇਹਨਾਂ ਨੂੰ ਭੱਜ ਭਰੇ ਫੜ ਫੜ ਖਾਪੇ। ਇਹਨਾਂ ਨੇ ਕਿਤੇ ਨਹੀਂ ਕਿਹਾ ਕਿ ਚੱਲ ਪੈਲਸ ਚ ਘੜੀ ਆਪਾਂ ਵੀ ਸੌਂ ਲਈਏ। ਸਾਹਿਬ ਸਾਹਿਬ ਓਏ ਜਾਗੀ ਆ ਗਿਆ ਸੀ, ਚਾਹ ਪੀਏ ਹੁਣ ਕੜਕਦਾਰ ਹੈ ਨਾ, ਕੜਕਨਾਥ ਕੜਕਨਾਥ ਚਾਹ। ਨੀ ਸਾਡੀ ਭੂਆ ਕਿੱਥੇ ਆ ਭੈਣਾ, ਅਸੀਂ ਤੇ ਅੰਧੇ ਰਹੇ ਭੂਆ ਤੋਂ ਬਿਨਾ। ਬੀਜੀ ਵਿਚਾਰੀ ਨੂੰ ਵੀ ਘਰ ਛੱਡ ਗਏ। ਠੀਕ ਆ, ਫਿਰ ਤੁਸੀਂ ਪੂਰੀ ਇੱਥੇ ਨਾਨੀਆਂ ਵਾਲੀ ਜ਼ਿੰਮੇਵਾਰੀ ਨਿਭਾਈ ਆ ਹਨਾ, ਹਨਾ ਸਿਆਣੇ ਹੋਣ ਦਾ ਨਿਭਾਇਆ। ਜਿੰਦਰਾ ਆਂਦੇ ਹੁੰਦੇ ਨਾ ਸਿਆਣਾ ਬਜ਼ੁਰਗ ਜਿਹੜਾ ਜਿੰਦਰਾ ਹੁੰਦਾ ਘਰ ਦਾ, ਜਿੰਦਰਾ ਬਣ ਕੇ ਰਹਿ ਗਏ। ਹੈਲੋ ਆ ਜਾਓ ਆ ਜਾਓ ਆ ਜਾਓ ਉੱਪਰ, ਸਿੱਧੇ ਹੀ ਸਿੱਧੇ ਹੀ ਉੱਤੇ। ਇਹ ਕਮਰਾ ਸਾਡਾ ਆ, ਤੁਸੀਂ ਵੀ ਅੱਡੀ ਆ ਫੇਰ ਠੀਕ ਆ। ਉਹਨੇ ਗੱਲ ਹੀ ਪਕਾਤੀ ਸਾਰੀ। ਕਹਿੰਦੀ ਥੱਲੇ ਮੇਰੇ ਇੱਥੇ ਕਿਸੇ ਨੇ ਮਾਰਿਆ, ਤੇ ਮੈਂ ਹੁਣੇ ਥੱਲੇ ਜਾ ਕੇ ਪੁੱਛੋ ਸਾਡੀ ਕੁੜੀ ਨੂੰ ਕਿੰਨੇ ਮਾਰਿਆ, ਨਹੀਂ ਹੁਣੇ ਲੜਾਈ ਕਰਨੀ ਜੇ। ਇਹ ਤਾਂ ਗੇਟ ਤੋਂ ਬਾਹਰ ਪਰ ਦੌੜ ਚਲੀ ਵਾ ਤੇ ਮਹਾ ਫੜੀ ਤੇ ਜਾ ਭਾਵੇਂ ਤੁਸੀਂ ਮਾਰੀ ਹੋਵੇ ਕੰਨ ਤੇ। ਆਹੋ ਮੈਂ ਚਲ ਚਲੀ ਚੱਲ ਮਾਰੀ ਗੱਲ ਤੇ ਨਾ ਨਾ ਰੋਣ ਦੇ। ਕਿੰਨੇ ਮਾਰਿਆ ਸੀ ਗੁਰਮੇਰ, ਕਿੰਨੇ ਮਾਰਿਆ ਸੀ? ਹਾਂਜੀ ਕਿੰਨੇ? ਬੀਜੀ ਨੇ ਮਾਰਿਆ ਹਾਏ, ਕਹਿੰਦੀ ਬੀਜੀ ਬੀਜੀ ਕੋਈ ਹੋਰ ਹੋਣੀ ਆ ਨੀ। ਮਾਮੀ ਆ ਗਈ ਆ, ਨੀ ਮਾਮੀ ਆ ਗਈ ਜੈਲਦਾਰਨੀ, ਜੈਲਦਾਰਨੀ ਆ ਗਈ। ਤੇ ਕਰਨ ਕਿੱਥੇ ਆ? ਕਰਨ ਆ ਥੱਲੇ ਬੈਠੀ। ਕਿੱਥੇ? ਅੱਛਾ ਕਰਨ ਥੱਲੇ ਬੈਠਾ ਆ, ਮੈਂ ਸੋਚਿਆ ਕਰਨ ਕਿੱਥੇ ਆ। ਮੰਮੀ ਫੁਲਕਾਰੀ ਇਦਾਂ ਮੋਢੇ ਦੇ ਉੱਤੋਂ ਦੀ ਪੌਣੀ ਠਾਣ ਸੁੱਟਣੀ, ਮੈਂ ਠੰਡ ਲੱਗਣ ਦੇ ਹੀ ਜੀ।
ਆ ਗਈਆਂ ਤੇ ਆਲਦਾਰਨੀਆਂ ਆ ਗਈਆਂ ਜਿਆਦਾ ਹੀ ਸਾਨੂੰ ਹੀ ਆ ਗਈਆਂ ਨਾ ਹਾਂ ਦੇਖੋ ਕਿੱਥੇ ਤੁਹਾਡੇ ਲੇਲੇ ਜੱਕਨੇ ਲਾ ਤੇ ਦੂਜੇ ਦੋਵੇਂ ਸੱਸੀ ਕਾ ਉਹ ਹੀ ਆ ਗਿਆ ਨਹੀਂ ਇਹ ਤੇ ਦੇਖ ਉਹ ਹੀ ਆ ਗਿਆ ਸਰੀ ਇਦਾਂ ਕਰਨ ਆਹੋ ਆ ਗਿਆ ਸੀ ਮੇਰਾ ਪੁੱਤ ਆ ਗਿਆ ਸੀ ਬੇਚਾਰਾ ਸਕੂਲ ਜਾ ਜਾ ਕੇ ਟਿਊਸ਼ਨ ਜਾ ਜਾ ਕੇ ਅਸੀਂ ਆਖਿਆ ਵੀ ਅਸੀਂ ਤੈਨੂੰ ਵਾਪਸ ਜਦੋਂ ਆਵਾਂਗੇ ਨਾ ਉਦੋਂ ਲੈ ਜਾਵਾਂਗੀ ਤੇ ਚੱਲ ਉੱਥੇ ਵਧੀਆ ਨਹੀਂ ਕਹਿੰਦੇ ਮੈਡਮ ਹੀ ਆਂਦੀ ਨਹੀਂ ਦੇਣਾ ਤੇ ਕਹਿੰਦੇ ਮੈਂ ਤਾਂ ਉਹਦੀ ਪੈਰੀ ਪੈ ਜਾਣਾ ਸੀਗਾ ਅੱਛਾ ਫਿਰ ਮੈਂ ਮੰਨ ਗਈ ਫਿਰ ਇਹ ਲੈ ਕੇ ਅੱਛਾ